बीती रात फलोर के नज़दीक पेंदे पिंड पट्टिया गुजरां के डेरे ते दो धिरां विच आपसी झगड़ा हो गया। इस संबंधी जानकारी दिंदे हुए दस्सिया कि तकरीबन रात के 8:30 बजे फकरुद्दीन बासी बकापुर थाना फलोर के पोते ने अणपछाते व्यक्तियों नाल साडी कुड़ी नज़मा नाल खिच धू करन लग पिया। जदों रौला पिया तां साडे आंढी गुआंढी इकट्ठे हो गए ते इकट्ठ देखदे ही उन्होंने साडे उत्ते तेज धार हथियारां नाल हमला कर दिता ते घर दा समान दी भनतोड़ करनी शुरू कर दिती। इस लड़ाई विच गंभीर रूप विच जख्मी शरीफ पुत्र हबीब हुसैन, मस्कीन पुत्र याकूब अली नज़मा गंभीर जख्मी होण ते सिविल हस्पताल बड़ा पिंड इलाज अधीन हन ते दूजी धिर सिविल हस्पताल फलोर इलाज अधीन दाखल है। ते जदों इस विच दूजी धिर फकरुद्दीन नाल गल कीती तां उन्होंने दस्या कि उन्होंने सानू गालां कढ़ियां हन ते जो साढ़े ते दोष लगा रहे हन वह बेबुनियाद हन। इस मामले विच जदों थानेदार दया राम नाल गल कीती तां उन्होंने दस्या कि दोवां धिरां दे बयान लैके कार्रवाई कर दिती जाएगी। फलोर तो अमरजीत सिंह मोनू की खास रिपोर्ट। मेरा पिंड पट्टिया असं इतने बैठे से इतने गुजर आए वो हमला किया साढ़े से दो जने आए सू खिंचन की कोशिश करते थे। किन्ने बजे वारदात है? हाँ जी। किन्ने बजे घटना जी दो घटना किन्ने बजे की आ? 15-16 चक्कर लगे असी कोल गए साडे सैच मारिया लड़ासा जिहा घरे पे साडा सारा समान दा मोटरसाइकल। ओ बंदे कौन सी? बंदे फकर जी। ਕਿੰਨੇ ਬੰਦੇ ਸੀ ਉਹਨਾਂ ਦੇ? 15-16 ਜਾਣੇ। ਜਦੋਂ ਉਹਨਾਂ ਨੇ ਹਮਲਾ ਕੀਤਾ ਉਹਨਾਂ ਕੋਲ ਕਿਹੜੇ ਹਥਿਆਰ ਸੀ? ਉਹਨਾਂ ਕੋਲ ਉਹਨਾਂ ਕੋਲ ਗੜਾਸੇ ਸੀ, ਡੰਡੇ ਸੀ। ਹੁਣ ਤੁਸੀਂ ਕੀ ਮੰਗ ਕਰਦੇ ਆ? ਅਸੀਂ ਜੀ ਚੀਂਗ ਝਾੜਾ ਪਿਆ, ਬਗਾਵਰੋਂ ਬੰਦੇ ਪਏ ਆ ਕੇ। ਜਦੋਂ ਅਸੀਂ ਚੀਂਗ ਝਾੜਾ ਸੁੜਿਆ ਅਸੀਂ ਉਸ ਤੋਂ ਭੱਜ ਕੇ ਆਏ ਹਾਂ। ਉਹ ਤਕਰੀਬਨ ਕਿੰਨੇ ਕੁ ਬੰਦੇ ਹੋ ਗਏ ਜਿਹੜੇ ਇੱਥੇ ਮਾਮਲਾ ਕਰਨੇ ਸੀ? ਇਹ ਬੰਦੇ ਜਿਹੜੇ ਪਛਾਣ ਵਿੱਚ ਆਏ ਉਹਦੇ ਹੈਗੇ 6-7, ਬਾਕੀ ਨਾ ਪਛਾਣ ਬੰਦੇ ਸਾਡੇ। ਕਿੰਨੇ ਕੁ ਬੰਦੇ ਟੁੱਟ ਲਏ? ਬੰਦੇ ਤਾਂ ਕਾਫੀ ਸੀ, ਹੁਣ ਕੀ ਕਹਿ ਸਕਦੇ। ਰਹਿਮ ਅਲੀ ਜੀ, ਮੈਂ ਇੱਥੇ ਪਿੰਡ ਪੱਟੀਆਂ ਰਹਿੰਦਾ ਨਹਿਰ 'ਤੇ। ਅਸੀਂ ਇੱਥੇ ਸ਼ਾਮੀ ਖਾਣਾ ਖਾ ਰਹੇ ਸੀ 8-9 ਵਜੇ ਅਤੇ ਇੱਥੇ ਬੰਦੇ ਆਏ 7-8 ਜਣੇ ਹਥਿਆਰ ਲੈ ਗਏ ਪੂਰੇ ਪਿੱਛੇ ਹਥਿਆਰ। ਬਾਅਦ 10-15 ਬੰਦੇ ਬਿੱਠੇ ਪਿੱਛੇ ਸੀ, ਉਹ ਕੁੜੀ ਬੈਠੀ ਸੀ ਸਾਡੀ ਇੱਥੇ ਅਤੇ ਕੁੜੀ ਨੂੰ ਆ ਕੇ ਯਕਦਮ ਹੀ ਫੜ ਲਿਆ ਉਹਨਾਂ ਨੇ ਅਤੇ ਲੈ ਜਾਣੀ ਵੀ ਮਾਰ ਦਿਓ, ਚੱਕ ਦਿਓ। ਜਦ ਨੂੰ ਅਸੀਂ ਰੌਲਾ ਪਾਇਆ ਸਾਡੇ ਗੁਆਂਢੀ ਆ ਗਏ। ਹੁਣ ਤਾਂ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹਾਂ? ਵੀ ਸਾਡੇ ਨਿਆਂ ਹੋਣਾ ਚਾਹੀਦਾ। ਭਾਅ ਜੀ, ਅਸੀਂ ਤਾਂ ਰੋਟੀਆਂ ਖਾਈ ਜਾਂਦੇ ਸੀ ਅਤੇ ਬਗਾਪੁਰ ਦੇ ਬੰਦੇ ਆਏ ਆ 5-7 ਜਣੇ, 7-8 ਜਣੇ ਸੀ। ਬਗਾਪੁਰ ਦੇ ਕੌਣ ਸੀ? ਉਹਦੇ ਬਗਾਪੁਰ ਦੇ ਫਕਰਦੀਨ ਆ, ਫਕਰਦੀਨ ਦੇ ਮੁੰਡੇ ਸੀ ਅਤੇ ਨਾਲੇ ਪੋਤੇ ਸੀ, ਨਾਲ ਹੋਰ ਜਾਏ ਉਹਦੇ ਨਾਲ ਸੀਗੇ, ਹੋਰ 7-8 ਜਣੇ ਮੁੰਡੇ ਹੋਰ ਵੀ ਸੀਗੇ। ਅਤੇ ਉਹ ਇੱਥੇ ਆ ਗਏ ਅਤੇ ਕੁੜੀ ਨੂੰ ਖਿੱਚ ਧੂ ਕਰਨ ਲੱਗ ਕੇ ਆ ਗਏ। ਇੱਥੇ ਪੁੱਛੇ ਵੀ ਅਸੀਂ ਲੈ ਕੇ ਜਾਣੀ, ਫਕਰਦੀਨ ਕਹਿੰਦਾ ਵੀ ਮੈਂ ਲੈ ਕੇ ਜਾਣੀ ਪਈ ਹੁਣ ਮੁੰਡਿਆਂ ਨੂੰ, ਕਹਿੰਦਾ ਚੱਕੜੋ ਇਹਨੂੰ। ਉਹ ਖਿੱਚਣ ਖੁੱਚਣ ਲੱਗ ਗਏ, ਉੱਧਰੋਂ ਅਸੀਂ ਫੜ ਫੁੜ ਲਈਆਂ ਕੁੜੀ ਨੂੰ, ਮੈਂ ਵੀ ਖਿੱਚਣ ਲੱਗ ਪਈ, ਸਾਡੇ ਮੁੰਡੇ ਮੰਡੇ ਆ ਗਏ। ਅਤੇ ਉਹ ਫਕਰਦੀਨ ਨੇ ਹੁਣ ਮੁੰਡਿਆਂ ਮੰਡਿਆਂ ਦੇ ਪੈ ਕੇ ਅਤੇ ਸਾਡੇ ਮੁੰਡਿਆਂ ਮੰਡਿਆਂ ਦੇ ਮਾਰਤੀ ਕੁੜੀ ਦੇ ਮਾਰਤੀ, ਅਤੇ ਗੜਾਸੀਆਂ ਗੜੂਸੀਆਂ ਮਾਰਦੇ ਸੀ। ਅਤੇ ਉਹ ਅਸੀਂ ਵੀ ਇੱਥੇ ਖਸ ਖੁਸ ਲਈਆਂ, ਇੱਥੇ ਰੱਖ ਲਈਆਂ। ਫਿਰ ਉਹਨਾਂ ਨੇ ਅੰਦਰ ਜਾ ਕੇ ਪੇਟੀਆਂ ਜਿੰਦੇ ਮਾਰ, ਉਹਦੇ ਪੇਟੀਆਂ ਦੇ ਡੰਡੇ ਮਾਰ, ਫਿਰ ਦਰਵਾਜ਼ਿਆਂ ਦੇ ਮਾਰ, ਫਿਰ ਮੋਟਰਸਾਈਕਲ ਉਹਨਾਂ ਦੇ ਇੱਥੇ ਹੀ ਰਹਿ ਗਏ ਆ। ਮੋਟਰਸਾਈਕਲ ਆਪਣੀ ਸੁੱਟ ਕੇ ਭੱਜ ਗਏ, ਫਿਰ ਇੱਦਾਂ ਹੀ ਮਾਰ ਮੂਰ ਕੇ ਸਾਨੂੰ ਤੇ ਫਿਰ ਉਹ ਸਾਡੇ ਕੁੜੀ ਦੇ ਵੀ ਲੱਗ ਗਈ, ਸੱਟ ਮੁੰਡਿਆਂ ਦੇ ਵੀ ਲੱਗ ਗਈ। ਫਿਰ ਉਹਦੇ ਨੂੰ ਫਿਰ ਹਥਿਆਰ ਥੂਰ ਅਸੀਂ ਇੱਥੇ ਹੀ ਖੁਸ ਲਿਆਉਣਾ। ਮੌਕੇ 'ਤੇ ਪੁਲਿਸ ਆਈ ਸੀ? ਮੌਕੇ 'ਤੇ ਪੁਲਿਸ ਨਹੀਂ, ਸਰਪੰਚ ਆਇਆ ਸੀ। ਸਰਪੰਚ ਨੇ ਚੜਾਇਆ, ਫਿਰ ਸਰਪੰਚ ਆ ਗਿਆ, ਸਰਪੰਚ ਬੁਲਾ, ਸਰਪੰਚ ਬੁਲਾ ਲਿਆ ਸੀ, ਸਰਪੰਚ ਆ ਗਿਆ, ਫਿਰ ਉਹਨਾਂ ਨੇ ਆ ਕੇ ਸਾਡੇ ਇੱਥੇ ਮੌਕੇ ਮੌਕੇ ਦੇਖਿਆ। ਕਈ ਫਕਰਦੀ ਮੁੰਡਿਆਂ ਨੇ ਹਮਲਾ ਕੀਤਾ, ਉਹਨਾਂ ਨੇ ਗਿਆ ਉਹ ਸਾਨੂੰ ਝੂਠੀ, ਮੇਰੇ ਕੋਲ ਝੂਠਿਆ ਗੱਲ, ਸਗੋਂ ਮੇਰੇ ਪੋਤੇ ਕੁੱਟੇ ਹੈ, ਮੈਨੂੰ ਵੀ ਕੁੱਟਿਆ, ਮੇਰੇ ਕਿਰਪਾਨ ਮਾਰੀ ਆ ਦੇਖੋ ਪੱਥਰ ਦੇ ਵਿੱਚ। ਤੁਸੀਂ 9 ਵਜੇ ਉੱਧਰ ਕੀ ਕਰਨ ਗਏ ਸੀ ਉੱਧਰ? ਹਾਂਜੀ, 9 ਵਜੇ ਤੁਸੀਂ ਉੱਧਰ ਕੀ ਕਰਨ ਗਏ? ਅਸੀਂ ਤਾਂ ਮੁੰਡਿਆਂ ਛਡਾਉਣ ਗਏ, ਜਦੋਂ ਸਾਨੂੰ ਟੈਲੀਫੋਨ ਆਇਆ ਮੈਨੂੰ ਕੁੱਟ ਰਿਹਾ, ਇਹਨਾਂ ਨੂੰ ਫੜ ਲਿਆ, ਸਾਡੇ ਮੋਟਰਸਾਈਕਲ ਵੀ ਖੋ ਕੇ ਲੈ ਗਏ, ਪੁਲਿਸ ਨੂੰ ਪਤਾ ਸਾਰੀ ਪੁਲਿਸ ਉੱਤੇ ਸੀ। ਤੁਹਾਡੇ ਜਿਹੜੇ ਬੱਚੇ 9 ਵਜੇ ਕਿੱਥੇ ਸੀ? 8-9 ਵਜੇ ਅਸੀਂ ਦੁੱਧ ਪਾ ਕੇ ਆਇਆ ਜੀ ਗਰਾਇਆਂ ਨੂੰ। ਜਾਣੀ ਕਿ ਤੁਸੀਂ ਉਹ ਨਹਿਰ 'ਤੇ ਜਾਂ ਡੇਰੇ ਉੱਥੇ ਨਹੀਂ ਗਏ? ਨਹੀਂ ਸਰ। ਗੁਜਰ ਭਾਈਚਾਰੇ ਦੀ ਲੜਾਈ ਹੋਈ ਆ, ਉਸ ਵਿੱਚ ਕੋਈ ਫਰੋਕ ਦੀ ਨੂੰ ਦਾਖਲ ਆ, ਉਹਦੀ ਜਿਹੜੀ ਆ ਬੇਅਮਲਾ ਰਾਤ ਦੀ ਇਕੱਠ ਹੋਈ ਉੱਥੇ,
ਅਤੇ ਉਹਦੀ ਚਿੱਟ ਆਈ ਹੈ ਸਾਡੇ ਕੋਲ ਐਮ ਐਲ ਆਰ ਨੇ ਇਹ ਚਿੱਟ ਆਈ ਹੁਣ ਜਾ ਕੇ ਐਮ ਐਲ ਆਰ ਹੰਸਲ ਕਰਕੇ ਉਹਦੇ ਬਿਆਨ ਲੈਣੇ ਆ ਜੋ ਵੀ ਬਿਆਨਾਂ ਮੁਤਾਬਕ ਜਾਂ ਐਮ ਐਲ ਆਰ ਮੁਤਾਬਕ ਹੋਵੇ ਕਾਨੂੰਨੀ ਕਾਰਵਾਈ ਕੀਤੀ